बकायदा गुरु नानक साहब जी तो लैके गुरु अर्जुन देव पातशाह जी तक इतिहास नूं असीं देख लईए, वाच लईए, गुरु नानक साहब जिथे जिथे भी जांदे आ उन्हां दे पास हमेशा एक पोथी रहिंदी सी, जिस पोथी दे विच गुरु नानक साहब जी अपनी बाणी नूं ओह लिखदे सी, राइट करदे सी, संभालदे सी, एक एक अक्खर एक एक शब्द गुरु नानक साहब जी अपनी बाणी दा उत्थे ओह संभाल रहे सी पोथी विच। उत्थे ही गुरु नानक साहब जी जदों दूसरियां स्टेट्स विच मुल्कां विच जांदे रहे, ते जिहड़े 15 भगतां दी असीं बाणी दा जिक्र करदे हां, 15 भगतां दे नाल अगे उहनां दे जिहड़े गद्दी नशीन होए, उहनां दे अगे अहुदेदार जां चेले जो भी आपां कह लईए, उहनां दे नाल गुरु नानक साहब दीआं मुलाकातां होईआं ने, ते उहनां दे पासों गुरु नानक साहब ने बाणी नूं प्राप्त कीता। जिवें बाबा फरीद साहब, ये हुण 12वीं सदी च होए आ बाबा फरीद साहब, बाबा फरीद साहब दे अगे गद्दी नशीन, उहनां दे कोलों गुरु नानक साहब जी ने पाक पटन दी धरती ते बाबे फरीद साहब जी दी जिहड़ी बाणी आ जो गुरु ग्रंथ साहिब च दर्ज आ श्लोकां दे रूप च शब्दां दे रूप विच उहनां पासों प्राप्त कीती आ। बनारस जा के भगत रविदास महाराज, बाबा कबीर साहब जी जिहड़े बनारस दी धरती ते रहिण वाले भगत साहिबान आ उहनां दी बाणी कत्र कीती आ। बाबा धन्ना जी हुणां दी बाणी आप गुरु नानक साहिब ने कत्र कीती आ। ते इह गल केवल मैं नहीं कह रहा, जदों गुरु नानक पातशाह जी ਉਹ ਪੋਥੀ ਦੇ ਵਿੱਚ ਬਾਣੀ ਨੂੰ ਐਡਿਟ ਕਰਦੇ ਆ, ਇੰਟੀਮੇਸ਼ਨ ਕਰਦੇ ਆ, ਉਹ ਪੋਥੀ ਦਾ ਬਕਾਇਦਾ ਜ਼ਿਕਰ ਜਿਹੜਾ ਹੈ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੀਆਂ ਪੂੜੀਆਂ 'ਚ ਦਿੱਤਾ ਹੋਇਆ। ਜਦੋਂ ਗੁਰੂ ਨਾਨਕ ਸਾਹਿਬ ਜੀ ਮੱਕਾ ਮਦੀਨਾ ਗਏ ਨਾ ਜੀ, ਅਤੇ ਮੱਕੇ ਮਦੀਨੇ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੂੰ ਕਾਜ਼ੀਆਂ ਨੇ ਸਵਾਲ ਪੁੱਟ ਕੀਤੇ। ਉਹ ਸਵਾਲਾਂ ਦੇ ਵਿੱਚ ਉਹ ਕਹਿੰਦੇ ਆ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਹੁਣ ਗੁਰੂ ਨਾਨਕ ਸਾਹਿਬ ਜੀ ਜਦੋਂ ਮੱਕੇ ਮਦੀਨੇ ਜਾਂਦੇ ਆ, ਉੱਥੇ ਯਾਤਰਾ ਦੇ ਉੱਤੇ ਜਾਂਦੇ ਆ, ਉੱਥੇ ਦੇ ਲੋਕਾਂ ਨੂੰ ਗਿਆਨ ਦੇਣ ਵਾਸਤੇ ਪਰਮੇਸ਼ਵਰ ਦਾ, ਅੱਲਾ ਦਾ, ਵਾਹਿਗੁਰੂ ਦਾ, ਅਤੇ ਉਸ ਵਕਤ ਗੁਰੂ ਨਾਨਕ ਸਾਹਿਬ ਦੇ ਪਾਸ ਉਹ ਪੋਥੀ ਹੈ, ਉਹ ਕਿਤਾਬ ਹੈ ਜਿਹਦੇ ਵਿੱਚ ਗੁਰੂ ਸਾਹਿਬ ਜੀ ਆਪਣੀ ਬਾਣੀ ਅਤੇ 15 ਭਗਤ ਸਾਹਿਬਾਨਾਂ ਦੀ ਬਾਣੀ ਨੂੰ ਉਹਨਾਂ ਨੇ ਇੰਟੀਮੇਸ਼ਨ ਕੀਤਾ ਹੋਇਆ, ਉਹਨਾਂ ਨੇ ਲਿਖਿਆ ਹੋਇਆ, ਸੰਭਾਲਿਆ ਹੋਇਆ। ਇਹਦਾ ਜ਼ਿਕਰ ਹੋਰ ਵੀ ਇੱਕ ਜਗ੍ਹਾ ਹੁੰਦਾ ਹੈ, ਆਸਾ ਹੱਥ ਕਿਤਾਬ ਕੱਛ, ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੱਥ ਵਿੱਚ ਡੰਡਾ ਹੈ ਅਤੇ ਉਹਨਾਂ ਦੇ ਕੱਛ ਵਿੱਚ ਕਿਤਾਬ ਹੈ। ਕਿਤਾਬ ਦਾ ਮਤਲਬ ਉਹ ਪੋਥੀ ਆ, ਉਹੀ ਪੋਥੀ। ਪੁਰਾਤਨ ਜਨਮ ਸਾਖੀ ਵਿੱਚ ਇਹ ਜ਼ਿਕਰ ਮਿਲਦਾ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅੰਗਦ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਦੇ ਆ, ਅਤੇ ਉਸ ਪੋਥੀ ਨੂੰ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਦਿੰਦੇ ਆ। ਤਿੱਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਗੁਰੂ ਅੰਗਦ ਸਾਹਿਬ ਜੀ ਦੇ ਪਾਸ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਾਲੀ, 15 ਭਗਤ ਸਾਹਿਬਾਨਾਂ ਦੀ ਬਾਣੀ ਵਾਲੀ ਪੋਥੀ ਆ, ਅਤੇ ਗੁਰੂ ਅੰਗਦ ਸਾਹਿਬ ਜੀ ਨੇ 63 ਸਲੋਕ ਆਪਣੀ ਬਾਣੀ ਦੇ ਉਚਾਰਨ ਕੀਤੇ ਆ, ਅਤੇ ਉਹ 63 ਸਲੋਕ ਜਿਹੜੇ ਆ ਉਹਨਾਂ ਨੇ ਇੱਕ ਵੱਖਰੀ ਪੋਥੀ ਵਿੱਚ ਉਚਾਰਨ ਕੀਤੇ। ਫਿਰ ਜਦੋਂ ਗੁਰੂ ਅੰਗਦ ਸਾਹਿਬ ਜੀ ਗੁਰਤਾ ਗੱਦੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਖਸ਼ਦੇ ਆ, ਆਪ ਜੋਤੀ ਜੋਤ ਸਮਾਉਂਦੇ ਆ, ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅੰਗਦ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਨੂੰ ਜਦੋਂ ਗੁਰਤਾ ਗੱਦੀ ਦਿੰਦੇ ਆ, ਤਾਂ ਉਹ ਆਪਣੀ ਪੋਥੀ ਬਾਣੀ ਵਾਲੀ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਾਲੀ ਪੋਥੀ ਜਿਹੜੀ ਆ ਗੁਰੂ ਅਮਰਦਾਸ ਸਾਹਿਬ ਨੂੰ ਸੌਂਪ ਦਿੰਦੇ ਆ। ਫਿਰ ਇਸੇ ਤਰ੍ਹਾਂ ਉਹ ਅੱਗੇ ਕਰਮ ਚੱਲਦਾ, ਪਰੰਪਰਾ ਚੱਲਦੀ ਆ, ਗੁਰੂ ਅਮਰਦਾਸ ਸਾਹਿਬ ਜੀ ਆਪਣੀ ਬਾਣੀ ਦੀ ਪੋਥੀ ਜਿਹੜੀ ਉਹਨਾਂ ਨੇ ਉਚਾਰਨ ਕੀਤੀ ਬਾਣੀ, ਗੁਰੂ ਨਾਨਕ ਸਾਹਿਬ ਵਾਲੀ ਪੋਥੀ, ਫਿਰ ਗੁਰੂ ਅੰਗਦ ਸਾਹਿਬ ਵਾਲੀ ਪੋਥੀ, ਉਹ ਬਾਣੀ ਦੀਆਂ ਪੋਥੀਆਂ ਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਨੂੰ ਸੌਂਪਦੇ ਆ, ਫਿਰ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੀ ਪੋਥੀ ਜਿਹੜੀ ਉਹਨਾਂ ਨੇ ਬਾਣੀ ਉਚਾਰਨ ਕੀਤੀ ਉਹ ਵਾਲੀ ਪੋਥੀ, ਗੁਰੂ ਨਾਨਕ ਸਾਹਿਬ ਵਾਲੀ ਬਾਣੀ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਅਮਰਦਾਸ ਸਾਹਿਬ ਵਾਲੀ ਬਾਣੀ ਵਾਲੀ ਪੋਥੀ, ਉਹ ਸਾਰੀਆਂ ਪੋਥੀਆਂ ਇਕੱਠੀਆਂ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਦਿੰਦੇ ਆ, ਜਦੋਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਆ। ਅਤੇ ਇਤਿਹਾਸ ਫਿਰ ਇਹ ਗੱਲ ਦਾ ਗਵਾਹ ਹੈ ਜੀ ਵੀ ਜਿਸ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਸਨ, ਉਸ ਦਿਨ 11 ਭੱਟ, ਜਿਹੜੀ ਭੱਟਾਂ ਦੀ ਬਾਣੀ ਅਸੀਂ ਪੜ੍ਹਦੇ ਹਾਂ ਸਵਈਆਂ ਦੇ ਰੂਪ ਵਿੱਚ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਰਨ ਵਿੱਚ ਆਏ ਸੀ।
ते गुरु साहब दे दरबार विच खड़ के उन्होंने गुरु उस्तत विच ते अकाल पुरख परमात्मा की उस्तत विच उन्होंने सवैयां दा उत्थे बाणी उन्होंने उच्चारण की जिन्हों बाद विच पटां दे कोलों लैके गुरु अर्जुन देव पातशाह ने अपने कोल संभालिया ते फिर उन्हों आदि गुरु ग्रंथ साहब विच इंटीमेशन कीता ते जिहड़े तीन गुरु के सिखां दी बाणी आ तीन गुरु के सिखां विचों बाबा सत्ता जी बाबा बलवंड जी ये गुरु घर के कीर्तनीय होए आ गुरु अंगद साहब जी के वेले गुरु अमरदास साहब जी के वेले गुरु रामदास साहब ते गुरु अर्जन देव पातशाह ते छेवें पातशाह तक बाबा सत्ता जी ते बलवंड जी दोने प्यो पुत्र से गुरु घर के हजूरी कीर्तनीय होए आ जदों इन्हां ने गुरु उस्तत विच बाणी उच्चारण की उस वक्त भी गुरु अर्जन देव पातशाह ने उन्हां कोलों वह बाणी नहीं उत्थी लै ली फिर बाबा सत्ता जी ते बाबा बलवंड जी तो इलावा एक गुरु का सिख आ ਉਹ ਗੁਰੂ ਕਾ ਸਿੱਖ ਜਿਨ੍ਹਾਂ ਨੇ ਸੱਦ ਬਾਣੀ ਉਚਾਰਨ ਕੀਤੀ ਆ ਉਹ ਸੱਦ ਬਾਣੀ ਉਹਨਾਂ ਨੇ ਉਦੋਂ ਉਚਾਰਨ ਕੀਤੀ ਜਦੋਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ ਸਨ ਅਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਜਿਹੜਾ ਉਪਦੇਸ਼ ਸਿੱਖ ਸੰਗਤਾਂ ਨੂੰ ਦ੍ਰਿੜ ਕਰਾਇਆ ਸੱਦ ਬਾਣੀ ਦਾ ਕਰਤਾ उन्होंने वो उपदेश नू बाणी दे रूप दे विच राइट कीता उचारण कीता ते बाद विच वो बाणी दी पोथी वो गुरु अर्जन देव पातशाह जी नू देते आ गुरु अर्जन साहब जी तो पहला भगत बाणी जिहड़ी सी वो गुरु नानक पातशाह जी उस संभाल चुके सी ते अपने होशो हवास विच ही वो परंपरा चलती रही गुरु नानक साहब जी गुरु अंगद साहब नूं बाणी दीआं पोथियां दे के गए फिर गुरु अंगद साहब जी गुरु अमरदास साहब फिर गुरु अमरदास साहब गुरु रामदास साहब ते इसे तरह गुरु अर्जुन देव पातशाह तक वह बाणी दीआं पोथियां पहुंचियां जिन्हां नूं बाद विच फिर सारियां बाणी दीआं पोथियां इकत्र करके एक जगह गुरु साहब जी ने सारी बाणी नूं तरतीब दित्ती ते तरतीब भी बाकमाल दित्ती उस तरतीब दे विच गुरु अर्जुन देव पातशाह ने व्याकरणक नुकत्यां तों बाणी नूं जिहड़ा संपादित कीता जी हर एक लग मात्र जिहड़ी आ उह व्याकरणक आधार दे उत्ते गुरु साहिब जी ने उत्थे दर्ज कीती होई आ वी इह सिहारी क्यों आ इहदा एक व्याकरणक पक्ष आ इह औंकड़ क्यों इहदा एक व्याकरणक पक्ष आ सो इस वास्ते सानूं इस गल नूं समझण दी लोड़ आ वी गुरु ग्रंथ साहिब जी दी पावन अमृतमई बाणी उहदा कल्ला पाठ नहीं करना उहदी विचार भी करनी आ